ਹਨੀ ਟਰੈਪ ਦੇ ਮਾਮਲੇ ਦੇ ਵਿੱਚ 5 ਔਰਤਾਂ ਸਮੇਤ 9 ਨੂੰ ਕੀਤਾ ਗਿਆ ਗ੍ਰਿਫਤਾਰ। ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕਰਕੇ ਕੀਤੇ ਗਏ ਬੰਦ ਹਾਲਾਤ। SP ਸਿਟੀ ਨਰਿੰਦਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ। ਦੱਸ ਦਈਏ ਕਿ ਬਠਿੰਡਾ ਦੀ ਕੋਤਵਾਲੀ ਦੇ ਅਧੀਨ ਆਉਂਦੀ ਚੌਂਕੀ ਬੱਸ ਸਟੈਂਡ ਨੂੰ ਉਸ ਵੇਲੇ ਸਫਲਤਾ ਮਿਲੀ ਜੋ ਭੋਲੇ ਭਾਲੇ ਲੋਕਾਂ ਨੂੰ ਹਨੀ ਟਰੈਪ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਜਿੱਥੇ ਉਹਨਾਂ ਨੂੰ ਬਹਿਲਾਫ ਸਲਾ ਕੇ ਉਹਨਾਂ ਦੀ ਬਾਅਦ ਦੇ ਵਿੱਚ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਅਤੇ ਉਹਨਾਂ ਦੇ ਪੈਸੇ ਵੀ ਖੋਏ ਜਾਂਦੇ ਸਨ। ਇਸ ਮਾਮਲੇ ਨੂੰ ਲੈ ਕੇ ਬਠਿੰਡਾ ਦੇ ਰਿੰਦਰਾ ਕਾਲਜ ਰੋਡ ਦੇ ਉੱਤੇ ਕੁਝ ਔਰਤਾਂ ਖੜ ਜਾਂਦੀਆਂ ਸਨ ਅਤੇ ਪਹਿਲਾਂ ਭੋਲੇ ਭਾਲੇ ਲੋਕਾਂ ਨੂੰ ਬਹਿਲਾਫ ਸਲਾ ਲੈਂਦੀਆਂ ਸਨ ਅਤੇ ਬਾਅਦ ਦੇ ਵਿੱਚ ਆਪਣੇ ਸਾਥੀਆਂ ਨੂੰ ਉੱਥੇ ਬੁਲਾ ਕੇ ਉਹਨਾਂ ਦੀ ਜਿੱਥੇ ਕੁੱਟਮਾਰ ਕਰਦੀਆਂ ਸਨ ਉੱਥੇ ਉਹਨਾਂ ਦੇ ਕੋਲ ਪੈਸੇ ਖੋਹ ਵੀ ਲੈਂਦੀਆਂ ਸਨ ਅਤੇ ਹੋਰ ਵੀ ਪੈਸੇ ਦੀ ਡਿਮਾਂਡ ਕਰਦੀਆਂ ਸਨ, ਜਿਸ ਨੂੰ ਲੈ ਕੇ ਕੋਤਵਾਲੀ ਪੁਲਿਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ 5 ਔਰਤਾਂ ਸਮੇਤ 9 ਵਿਅਕਤੀਆਂ ਨੂੰ ਇਹਨਾਂ ਵੱਲੋਂ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। SP ਸਿਟੀ ਨਰਿੰਦਰ ਸਿੰਘ ਵੱਲੋਂ ਇਹ ਸਾਰੀ ਜਾਣਕਾਰੀ ਐਤਵਾਰ ਨੂੰ ਸਾਡੇ ਨਾਲ ਸਾਂਝੀ ਕੀਤੀ ਹੈ। ਉਹਨਾਂ ਵੱਲੋਂ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ 5 ਔਰਤਾਂ ਸਮੇਤ 9 ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਅਗਲੀ ਇਹਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਸ ਨੂੰ ਸੁਣਾਉਣੇ ਕੀ ਕਹਿੰਦੇ ਨੇ SP ਸਿਟੀ ਨਰਿੰਦਰ ਸਿੰਘ। ਸਰ, ਕੀ ਮਾਮਲਾ ਕੋਤਵਾਲੀ 'ਚ 5 ਔਰਤਾਂ? ਸਾਡੇ ਕੋਲ ਇੱਕ ਪਿਛਲੇ ਕੁਛ ਦਿਨ ਇਨਪੁੱਟ ਸੀਗੀ ਕਿ ਕੁਛ ਲੇਡੀਜ਼ ਜਿਹੜੀਆਂ ਹੈਗੀਆਂ ਉਹ ਰਾਤ ਨੂੰ ਜਿਹੜੇ ਰੋਡ ਦੇ ਉੱਪਰ ਖੜ੍ਹ ਜਾਂਦੀ ਹੈ, ਜਦੋਂ ਕੋਈ ਰਾਹਗੀਰ ਜਿਹੜਾ ਹੈਗਾ ਇਹਨਾਂ ਦੇ ਰੁਕਦਾ ਲੇਡੀਜ਼ ਦੇਖ ਕੇ, ਤਾਂ ਉਸ ਤੋਂ ਬਾਅਦ ਜਿਹੜੇ ਹੈਗੇ ਇਹਨਾਂ ਦੇ ਨਾਲ ਕੁਛ ਜੈਂਟਸ ਵੀ ਹੁੰਦੇ ਆ, ਉਹਨਾਂ ਨੂੰ ਬੁਲਾ ਲੈਂਦੀ ਹੈ। ਉਹ ਜਿਹੜਾ ਰਾਹਗੀਰ ਹੁੰਦਾ ਉਹਦੇ ਕੋਲੋਂ ਲੁੱਟ ਸੁੱਟ ਜਿਹੜੀ ਹੈਗੀ ਆ ਪੈਸੇ ਖੋਹ ਲੈਂਦੇ ਆ, ਉਹਦੇ ਜਿਹੜੀ ਹੈਗੀ ਆ ਵਾਰਦਾਤ ਨੂੰ ਅੰਜਾਮ ਦਿੰਦੇ ਆ। ਸੋ ਇਸ ਇਨਪੁੱਟ ਦੇ ਉੱਤੇ ਕੰਮ ਕਰਦਿਆਂ ਥਾਣਾ ਕੋਤਵਾਲੀ ਦੀ ਪੁਲਿਸ ਨੇ 5 ਲੇਡੀਜ਼ ਅਤੇ 4 ਜਿਹੜੇ ਜੈਂਟਸ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਇਹਨਾਂ ਦੇ ਖਿਲਾਫ਼ ਜਿਹੜਾ ਹੈਗਾ ਮੁਕੱਦਮਾ ਥਾਣਾ ਕੋਤਵਾਲੀ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਅੰਡਰ ਵੇਰੀਅਸ ਸੈਕਸ਼ਨ ਆਫ ਐਕਸਟੋਰਸ਼ਨ ਬਾਕੀ ਸੈਕਸ਼ਨ ਦੇ ਵਿੱਚ, ਅਤੇ ਇਹਨਾਂ ਦੇ ਖਿਲਾਫ਼ ਜਿਹੜੀ ਹੈਗੀ ਬਣਦੀ ਕਾਰਵਾਈ ਕਰਕੇ ਇਹਨੂੰ ਸਖ਼ਤ ਤੋਂ ਸਖ਼ਤ ਜਿਹੜਾ ਐਕਸ਼ਨ ਲਿਆ। ਹਨੀ ਟਰੈਪ ਵੀ ਇਹਨੂੰ ਕਹਿ ਸਕਦੇ ਹਾਂ? ਬਿਲਕੁਲ, ਉਸ ਤਰੀਕੇ ਦੇ ਵਿੱਚ ਜਿਵੇਂ ਪਹਿਲਾਂ ਆਪ ਫਸਟ ਲੇਅਰ ਦੇ ਵਿੱਚ ਇਹ ਲੇਡੀਜ਼ ਜਿਹੜੀਆਂ ਹੈਗੀਆਂ ਰਾਹਗੀਰ ਨੂੰ ਰੋਕਦੀਆਂ, ਬਾਅਦ ਦੇ ਵਿੱਚ ਜਦੋਂ ਕੋਈ ਬੰਦਾ ਰੁਕ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਆਪਣੇ ਨਾਲ ਜਿਹੜੇ ਬਾਕੀ ਟੀਮ ਦੇ ਮੈਂਬਰ ਜੈਂਟਸ ਹੁੰਦੇ ਨੇ ਉਹਨਾਂ ਨੂੰ ਬੁਲਾ ਲੈਂਦੇ। ਕਾਫ਼ੀ ਜਿਹੜੀ ਹੈਗੀ ਕਾਫ਼ੀ ਪਹਿਲਾਂ ਵੀ ਕਈ ਲੋਕਾਂ ਨੇ ਸ਼ਿਕਾਇਤ ਦਰਜ ਰਜਿਸਟਰ ਕਰਵਾਈ ਸੀਗੀ। ਸੋ ਉਸੇ ਇਨਪੁੱਟ ਦੇ ਆਧਾਰ 'ਤੇ ਜਿਹੜੀ ਹੈਗੀ ਅਸੀਂ ਕਾਰਵਾਈ ਕੀਤੀ।